ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚੱਲ ਜਾਂਦੇ ਹਾਂ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਭਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਉਹਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ ਹਨਾ ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ ਠੀਕ ਹੈ ਫਿਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਐਦਾਂ ਐਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ ਹਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਝ ਪ੍ਰੋਸਟੀਟਿਊਟ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਨੂੰ ਗਾਲ ਕੱਢਦਾ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ ਤੁਸੀਂ ਓਬਵੀਅਸਲੀ ਯੂਜ਼ ਕਰੋਗੇ ਲੈਂਗੁਏਜ ਠੀਕ ਹੈ ਨਾ ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂ ਭਾਈ ਤੁਸੀਂ ਮੁੰਡੇ ਹੋ ਤੁਸੀਂ ਗਾਲਾਂ ਦੇ ਸਕਦੇ ਹੋ ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ ਕੁੜੀ ਨੇ ਗਾਲ ਕਿਉਂ ਕੱਢੀ ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ ਮੇਰੇ ਕੋਲ ਆਏ ਨੇ ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ ਮੈਂ ਕਿਹਾ ਦੇਖੋ ਕੰਮ ਕਰਦੇ ਆ ਠੀਕ ਆ ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ ਮੇਰੀ ਚੋਇਸ ਆ ਕਈ ਹੁਣ ਕਈ ਲੋਕੀ ਕਹਿ ਦਿੰਦੇ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ ਇਹ ਹੋਰ ਕੰਮ ਕਰ ਲੈਂਦੀਆਂ ਕਿਉਂ ਭਾਈ ਮੇਰੀ ਮਰਜ਼ੀ ਮੇਰੀ ਮਰਜ਼ੀ ਆ ਮੈਂ ਡਾਂਸ ਕਰਨਾ ਆ ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜੀ ਸਿਚੁਏਸ਼ਨ ਅੱਜ ਆਈ ਆ ਹਨਾ ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ ਵੀਡੀਓ ਵਾਇਰਲ ਹੋ ਰਹੀ ਆ ਕਦੋਂ ਦੀ ਵੀਡੀਓ ਹੈਗੀ ਆ ਕੀ ਮਾਮਲਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ ਸਮਰਾਲੇ ਕੋਈ ਗਿੱਲ ਰਿਜ਼ੋਰਟ ਆ ਉੱਥੇ ਦੀ ਇਹ ਵੀਡੀਓ ਆ ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਭਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚਲ ਜਾਂਦੇ ਹਾਂ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਭਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ
ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਵਿੱਚ ਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ ਹਨਾ ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ ਠੀਕ ਹੈ ਫਿਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ ਹਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੋਗੇ ਨਾਈਟ ਤੇ ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਨੂੰ ਗਾਲ ਕੱਢਦਾ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ ਤੁਸੀਂ ਓਬਵੀਅਸਲੀ ਯੂਜ਼ ਕਰੂਗੀ ਲੈਂਗੁਏਜ ਠੀਕ ਹੈ ਨਾ ਹੁਣ ਇੰਨਾ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂ ਭਾਈ ਤੁਸੀਂ ਮੁੰਡੇ ਹੋ ਤੁਸੀਂ ਗਾਲਾਂ ਦੇ ਸਕਦੇ ਹੋ ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ ਕੁੜੀ ਨੇ ਗਾਲ ਕਿਉਂ ਕੱਢੀ ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ ਮੇਰੇ ਕੋਲ ਆਏ ਨੇ ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ ਮੈਂ ਕਿਹਾ ਦੇਖੋ ਕੰਮ ਕਰਦੇ ਆ ਠੀਕ ਆ ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ ਮੇਰੀ ਚੋਇਸ ਆ ਕਈ ਹੁਣ ਕਈ ਲੋਕੀ ਕਹਿੰਦੇ ਲੈ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ ਇਹ ਹੋਰ ਕੰਮ ਕਰ ਲੈਂਦੀਆਂ ਕਿਉਂ ਭਾਈ ਮੇਰੀ ਮਰਜ਼ੀ ਮੇਰੀ ਮਰਜ਼ੀ ਆ ਮੈਂ ਡਾਂਸ ਕਰਨਾ ਆ ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ ਹਨਾ ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ ਵੀਡੀਓ ਵਾਇਰਲ ਹੋ ਰਹੀ ਆ ਕਦੋਂ ਦੀ ਵੀਡੀਓ ਹੈਗੀ ਆ ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ ਸਮਰਾਲੇ ਕੋਈ ਗਿੱਲ ਰਿਜ਼ੋਰਟ ਆ ਉੱਥੇ ਦੀ ਇਹ ਵੀਡੀਓ ਆ ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚੱਲ ਜਾਂਦੇ ਆ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਆ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ ਹਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਆ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਜਿਹਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ ਹਨਾ ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ ਠੀਕ ਹੈ ਫਿਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ ਹਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੋਗੇ ਨਾਈਟ ਤੇ
ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ। ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ, ਠੀਕ ਹੈ ਨਾ? ਹੁਣ ਇੰਨਾ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ, ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫਿਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ, ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ, ਮੇਰੀ ਚੋਇਸ ਆ। ਕਈ ਹੁਣ ਕਈ ਲੋਕੀ ਕਹਿੰਦੇ ਨੇ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ, ਇਹ ਹੋਰ ਕੰਮ ਕਰ ਲੈਂਦੀਆਂ। ਕਿਉਂ ਭਾਈ, ਮੇਰੀ ਮਰਜ਼ੀ, ਮੇਰੀ ਮਰਜ਼ੀ ਆ, ਮੈਂ ਡਾਂਸ ਕਰਨਾ ਆ। ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਆ ਪਹਿਲ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਏਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ, ਹਨਾ, ਇਹੋ ਜਿਹੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ, ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਣਾ ਕੱਢਾਂ। ਵੀਡੀਓ ਵਾਇਰਲ ਹੋ ਰਹੀ ਆ, ਕਦੋਂ ਦੀ ਵੀਡੀਓ ਹੈਗੀ ਆ, ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ, ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ? ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ, ਸਮਰਾਲੇ ਕੋਈ ਗਿੱਲ ਰਿਜ਼ੋਰਟ ਆ, ਉੱਥੇ ਦੀ ਇਹ ਵੀਡੀਓ ਆ। ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ, ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ। ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ, ਜਿਨ੍ਹਾਂ ਨੇ ਮੈਨੂੰ ਸਪੋਂਸਰ ਕੀਤਾ ਆ, ਉਹ ਤਾਂ ਮੈਨੂੰ ਜਾਣਦਾ ਸੀ ਬੰਦਾ, ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ, ਹੈ ਨਾ, ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ। ਕੁਛ ਨਹੀਂ ਜੀ, ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ। ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ। ਜਿਹੜੇ ਚੰਗੇ ਲੋਕ ਹੁੰਦੇ, ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ, ਅਸੀਂ ਚਲ ਜਾਂਦੇ ਹਾਂ, ਕੋਈ ਗੱਲ ਨੀ ਜੀ, ਇੱਜ਼ਤ ਨਾਲ ਬੁਲਾ ਰਹੇ ਨੇ, ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼, ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ। ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ, ਸ਼ਰਾਬ ਪੀਤੀ ਹੋਈ ਆ, ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ, ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ। ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੇ ਜਾ, ਇਵੇਂ ਕੀਤਾ ਕਿ ਤੂੰ ਜਾ ਇੱਥੋਂ। ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ, ਹੈਨਾ, ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ, ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ, ਕਿਉਂ? ਮੈਂ ਆਰਟਿਸਟ ਆ, ਮੇਰੀ ਵੀ ਕੋਈ ਰਿਸਪੈਕਟ ਆ, ਰੈਪੂਟੇਸ਼ਨ ਆ, ਮੈਂ ਕਿਉਂ ਜਾਵਾਂ? ਤੇ ਉਹਨਾਂ ਨੇ ਮੈਨੂੰ, ਫਿਰ ਦੂਸਰਾ ਮੁੰਡਾ ਆਇਆ, ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ, ਉਹਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ, ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ, ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ, ਠੀਕ ਹੈ। ਫਿਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ, ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ, ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਇਹ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ। ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ, ਠੀਕ ਹੈ ਨਾ। ਹੁਣ ਇੰਨਾ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ, ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫਿਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ,
ਠੀਕ ਆ ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ ਮੇਰੀ ਚੋਇਸ ਆ ਕਈ ਹੁਣ ਕਈ ਲੋਕੀ ਕਹਿ ਦਿੰਦੇ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ ਇਹ ਹੋਰ ਕੰਮ ਕਰ ਲੈਂਦੀਆਂ ਕਿਉਂ ਭਾਈ ਮੇਰੀ ਮਰਜ਼ੀ ਆ ਮੈਂ ਡਾਂਸ ਕਰਨਾ ਆ ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ ਹਨਾ ਇਹੋ ਜਿਹੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਣਾ ਕੱਢਾਂ ਵੀਡੀਓ ਵਾਇਰਲ ਹੋ ਰਹੀ ਆ ਕਦੋਂ ਦੀ ਵੀਡੀਓ ਹੈਗੀ ਆ ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ ਸਮਰਾਲੇ ਕੋਈ ਗਿੱਲ ਰਿਜ਼ੋਰਟ ਆ ਉੱਥੇ ਦੀ ਇਹ ਵੀਡੀਓ ਆ ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪੋਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚਲ ਜਾਂਦੇ ਆ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਆ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਭਈ ਹੈਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਆ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੋਂ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ ਹਨਾ ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ ਠੀਕ ਹੈ ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਹ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ ਹਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਨੂੰ ਗਾਲ ਕੱਢਦਾ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ ਠੀਕ ਹੈ ਨਾ ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂ ਭਾਈ ਤੁਸੀਂ ਮੁੰਡੇ ਹੋ ਤੁਸੀਂ ਗਾਲਾਂ ਦੇ ਸਕਦੇ ਹੋ ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ ਕੁੜੀ ਨੇ ਗਾਲ ਕਿਉਂ ਕੱਢੀ ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ ਮੇਰੇ ਕੋਲ ਆਏ ਨੇ ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ ਮੈਂ ਕਿਹਾ ਦੇਖੋ ਕੰਮ ਕਰਦੇ ਆ ਠੀਕ ਆ ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ ਮੇਰੀ ਚੋਇਸ ਆ ਕਈ ਹੁਣ ਕਈ ਲੋਕੀ ਕਹਿ ਦਿੰਦੇ ਲੈ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ ਇਹ ਹੋਰ ਕੰਮ ਕਰ ਲੈਂਦੀਆਂ ਕਿਉਂ ਭਾਈ ਮੇਰੀ ਮਰਜ਼ੀ ਆ ਮੈਂ ਡਾਂਸ ਕਰਨਾ ਆ ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋ ਪਹਿਲ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ ਹਨਾ ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਣਾ ਕੱਢਾਂ ਵੀਡੀਓ ਵਾਇਰਲ ਹੋ ਰਹੀ ਆ ਕਦੋਂ ਦੀ ਵੀਡੀਓ ਹੈਗੀ ਆ ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ ਸਮਰਾਲੇ ਕੋਈ ਗਿੱਲ ਰਿਜ਼ੋਰਟ ਆ ਉੱਥੇ ਦੀ ਇਹ ਵੀਡੀਓ ਆ ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ
ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚੱਲ ਜਾਂਦੇ ਹਾਂ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਉਹਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ ਹਨਾ ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ ਠੀਕ ਹੈ ਫਿਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ ਹਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਇਹ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਨੂੰ ਗਾਲ ਕੱਢਦਾ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ ਠੀਕ ਹੈ ਨਾ ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂ ਭਾਈ ਤੁਸੀਂ ਮੁੰਡੇ ਹੋ ਤੁਸੀਂ ਗਾਲਾਂ ਦੇ ਸਕਦੇ ਹੋ ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ ਕੁੜੀ ਨੇ ਗਾਲ ਕਿਉਂ ਕੱਢੀ ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ ਮੇਰੇ ਕੋਲ ਆਏ ਨੇ ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ ਮੈਂ ਕਿਹਾ ਦੇਖੋ ਕੰਮ ਕਰਦੇ ਆ ਠੀਕ ਆ ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ ਮੇਰੀ ਚੋਇਸ ਆ ਕਈ ਹੁਣ ਕਈ ਲੋਕੀ ਕਹਿ ਦਿੰਦੇ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ ਇਹ ਹੋਰ ਕੰਮ ਕਰ ਲੈਂਦੀਆਂ ਕਿਉਂ ਭਾਈ ਮੇਰੀ ਮਰਜ਼ੀ ਮੇਰੀ ਮਰਜ਼ੀ ਆ ਮੈਂ ਡਾਂਸ ਕਰਨਾ ਆ ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਆ ਪਹਿਲ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜੀ ਸਿਚੁਏਸ਼ਨ ਅੱਜ ਆਈ ਆ ਹਨਾ ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ ਵੀਡੀਓ ਵਾਇਰਲ ਹੋ ਰਹੀ ਆ ਕਦੋਂ ਦੀ ਵੀਡੀਓ ਹੈਗੀ ਆ ਕੀ ਮਾਮਲਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ ਸਮਰਾਲੇ ਕੋਈ ਗਿੱਲ ਰਿਜ਼ੋਰਟ ਆ ਉੱਥੇ ਦੀ ਇਹ ਵੀਡੀਓ ਆ ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚਲ ਜਾਂਦੇ ਹਾਂ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ
ਮੂਵੀ ਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ। ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਹੈ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂਹ ਕਰ ਰਹੇ ਸੀਗੇ ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ। ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ। ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੀ ਲੈਂਗੁਏਜ, ਠੀਕ ਹੈ ਨਾ। ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ, ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ, ਜਿਹਦਾ ਕੰਮ ਕਰਦੇ ਆ, ਮੇਰੀ ਚੋਇਸ ਆ। ਕਈ ਹੁਣ ਕਈ ਲੋਕੀ ਕਹਿ ਦਿੰਦੇ ਲੈ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ, ਇਹ ਹੋਰ ਕੰਮ ਕਰ ਲੈਂਦੀਆਂ। ਕਿਉਂ ਭਾਈ, ਮੇਰੀ ਮਰਜ਼ੀ, ਮੇਰੀ ਮਰਜ਼ੀ ਆ, ਮੈਂ ਡਾਂਸ ਕਰਨਾ ਆ। ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ, ਹਨਾ। ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ, ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ। ਵੀਡੀਓ ਵਾਇਰਲ ਹੋ ਰਹੀ ਆ, ਕਦੋਂ ਦੀ ਵੀਡੀਓ ਹੈਗੀ ਆ, ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ, ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ? ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ, ਸਮਰਾਲੇ ਕੋਈ ਗਿੱਲ ਰਿਜ਼ੋਰਟ ਆ, ਉੱਥੇ ਦੀ ਇਹ ਵੀਡੀਓ ਆ। ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ, ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ। ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ, ਜਿਨ੍ਹਾਂ ਨੇ ਮੈਨੂੰ ਸਪੋਂਸਰ ਕੀਤਾ ਆ, ਉਹ ਤਾਂ ਮੈਨੂੰ ਜਾਣਦਾ ਸੀ ਬੰਦਾ, ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ, ਹੈਨਾ, ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ। ਹੋਇਆ ਕੁਛ ਨਹੀਂ ਜੀ, ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ। ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ। ਜਿਹੜੇ ਚੰਗੇ ਲੋਕ ਹੁੰਦੇ ਨੇ, ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ, ਅਸੀਂ ਚੱਲ ਜਾਂਦੇ ਹਾਂ, ਕੋਈ ਗੱਲ ਨਹੀਂ ਜੀ, ਇੱਜ਼ਤ ਨਾਲ ਬੁਲਾ ਰਹੇ ਨੇ, ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼, ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ। ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ, ਸ਼ਰਾਬ ਪੀਤੀ ਹੋਈ ਆ, ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ, ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ। ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ, ਇਵੇਂ ਕੀਤਾ ਕਿ ਤੂੰ ਜਾ ਇੱਥੋਂ। ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ, ਹਨਾ, ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ, ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ? ਮੈਂ ਆਰਟਿਸਟ ਆ, ਮੇਰੀ ਵੀ ਕੋਈ ਰਿਸਪੈਕਟ ਆ, ਰੈਪੂਟੇਸ਼ਨ ਆ, ਮੈਂ ਕਿਉਂ ਜਾਵਾਂ? ਤੇ ਉਹਨਾਂ ਨੇ ਮੈਨੂੰ, ਫਿਰ ਦੂਸਰਾ ਮੁੰਡਾ ਆਇਆ, ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ, ਜਿਹਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ। ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂਹ ਕਰ ਰਹੇ ਸੀਗੇ ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ। ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ।
ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ, ਠੀਕ ਹੈ ਨਾ? ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ, ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਤੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ, ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ, ਮੇਰੀ ਚੋਇਸ ਆ। ਕਈ ਹੁਣ ਕਈ ਲੋਕੀ ਕਹਿੰਦੇ ਲੈ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ, ਇਹ ਹੋਰ ਕੰਮ ਕਰ ਲੈਂਦੀਆਂ। ਕਿਉਂ ਭਾਈ, ਮੇਰੀ ਮਰਜ਼ੀ, ਮੇਰੀ ਮਰਜ਼ੀ ਆ, ਮੈਂ ਡਾਂਸ ਕਰਨਾ ਆ। ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਆ ਪਹਿਲ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਏਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ, ਹਨਾ, ਇਹੋ ਜਿਹੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ, ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਣਾ ਕੱਢਾਂ। ਵੀਡੀਓ ਵਾਇਰਲ ਹੋ ਰਹੀ ਆ, ਕਦੋਂ ਦੀ ਵੀਡੀਓ ਹੈਗੀ ਆ, ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ, ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ? ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ, ਸਮਰਾਲੇ ਕੋਈ ਗਿੱਲ ਰਿਜ਼ੋਰਟ ਆ, ਉੱਥੇ ਦੀ ਇਹ ਵੀਡੀਓ ਆ। ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ, ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ। ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ, ਜਿਨ੍ਹਾਂ ਨੇ ਮੈਨੂੰ ਸਪੋਂਸਰ ਕੀਤਾ ਆ, ਉਹ ਤਾਂ ਮੈਨੂੰ ਜਾਣਦਾ ਸੀ ਬੰਦਾ, ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ, ਹੈ ਨਾ, ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ। ਕੁਛ ਨਹੀਂ ਜੀ, ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ। ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ। ਜਿਹੜੇ ਚੰਗੇ ਲੋਕ ਹੁੰਦੇ, ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ, ਅਸੀਂ ਚਲ ਜਾਂਦੇ ਹਾਂ, ਕੋਈ ਗੱਲ ਨੀ ਜੀ, ਇੱਜ਼ਤ ਨਾਲ ਬੁਲਾ ਰਹੇ ਨੇ, ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼, ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ। ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ, ਸ਼ਰਾਬ ਪੀਤੀ ਹੋਈ ਆ, ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ, ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ। ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ, ਇਵੇਂ ਕੀਤਾ ਕਿ ਤੂੰ ਜਾ ਇੱਥੋਂ। ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ, ਹੈਨਾ, ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ, ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ, ਕਿਉਂ? ਮੈਂ ਆਰਟਿਸਟ ਆ, ਮੇਰੀ ਵੀ ਕੋਈ ਰਿਸਪੈਕਟ ਆ, ਰੈਪੂਟੇਸ਼ਨ ਆ, ਮੈਂ ਕਿਉਂ ਜਾਵਾਂ? ਤੇ ਉਹਨਾਂ ਨੇ ਮੈਨੂੰ, ਫਿਰ ਦੂਸਰਾ ਮੁੰਡਾ ਆਇਆ, ਉਹਨੇ ਪਿੱਛੋਂ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ, ਜਿਹਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ, ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ, ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ, ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ, ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਇਹ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ। ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ, ਠੀਕ ਹੈ ਨਾ। ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ, ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਤੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ
चलो मजबूरी तो की हुंदी आपां कह दिंदे आ जिहदा काम करदे आ, मेरी चॉइस आ। कई हुण कई लोकी कह दिंदे जे इन्हां दी मजबूरी आ ते इन्हां नूं डांस ही लभिया सी करन नूं, इह होर काम कर लैंदियां क्यों भाई, मेरी मर्जी, मेरी मर्जी आ, मैं डांस करना आ। इहदा मतलब इह तां नहीं आ कि ऑडियंस वाले हुण मैनूं कई लोक आ पहले इन्नी सालां च मैनूं पहली बार एक कोई किसे बंदे ने इदां मतलब एहो जी सिचुएशन अज आई है ना, एहो जी इन्ने साल 12-13 साल हो गया मैनू कदी भी किसी ने इस चीज इथो तक दिमाग मेरा पागल नहीं किया कि मैं गाला कड्डा। वीडियो वायरल हो रही है, कदों दी वीडियो हैगी आ, की मामला है इस पूरे मामले दे विच ते किथे दी वीडियो हैगी आ? सर ये वीडियो हैगी अपनी समराले दी आ, समराले कोई गेल रिजोर्ट आ उथे दी ये वीडियो आ। ते मामला जेड़ा सीगा कॉमन ही मामला सीगा, रेगुलर ही कुड़ियां नू फेस करना पैंदा आ। ते इन्ना दा जेड़ा फंक्शन सीगा जिन्होंने मैनू स्पोंसर कीता आ ओ तां मैनू जानदा सी बंदा, जिन्हां दे अग्गे मैं गई हां उन्हां नू मैं बिल्कुल नहीं जानदी है ना कि कौन ने सामने वाली पार्टी जां कुछ होया कुछ नहीं जी। ओ मैनू कह रहे सीगे कि स्टेज तो नीचे आ, तकरीबन ही कुड़ियां नू स्टेज तो नीचे बुलांदे ने कि भाई तुसीं स्टेज ते नीचे आओ, जिहड़े चंगे लोक हुंदे लेडीज बुलांदियां ने सानू असीं चल जांदे आ, कोई गल नहीं जी इज्जत ना बुला रहे ने, इज्जत ना बुलांदे ने लेडीज, आपां लेडीज आ ते लेडीज दे थ्रू आपां जा सकदे आ। फिर ओ बंदिया ने दारू पीती हुई आ, शराब पीती हुई आ, उस तो बावजूद कह रहे नीचे आके डांस कर, ते ओ चीज मैनू वधिया नहीं लगी। ते फिर मैनू उन्होंने कहा कि तुसीं तू इत्थों जा, इवें कीता कि तू जा इत्थों। ते मैनू अपनी डिसरिस्पैक्ट जी लगी कि भाई है ना क्यों मैं क्यों जावा जे मैं नीचे नहीं आ रही, मतलब मैं स्टेज तो वापस चल जा क्यों, मैं आर्टिस्ट हाँ, मेरी भी कोई रिस्पैक्ट आ, रेपुटेशन आ, मैं क्यों जावा। ते उन्होंने मैनू फिर दूसरा मुंडा आया उन्हें पिछे लाके गिलास मारिया आ मेरे वल नूं, जिहदे विच नजर भी आ रहा है। हां जी उन्होंने गिलास मारिया वा ते कि ए चल जाएगी जा किदा है ना, अपनी वल्लों उन्होंने मैनू मारन की कोशिश की पर मेरे लग्या नहीं है। ठीक है फिर जी मैनू जेडे जिन्होंने हथो फड़िया होया सीगा कि पछा कर रहे सीगे आ जा, ओ भी मेरी गलती कढ रहे सी कि तू एदा एदा करके तू अड़ गई उथे जा किदा है ना। ते मैं अड़ी इस करके सीगी कि जे असी तुहाडी गल नहीं मन्नी, मैं एक आर्टिस्ट हाँ, देखो ए ना समझदे ने कि पेमेंट करती आ ते हुण कुड़ी असी खरीद ली आ। ठीक है आर्टिस्टां दे विच फर्क हुंदे ने, कुछ प्रोस्टीट्यूट हुंदियां ने, कोई आपां उन्हां नूं भी गलत नहीं कहिंदे, चलो ओह आपदी उन्हां दी मर्जी आ। ठीक है फिर एक मुजरे वालियां हुंदियां ने ओह उन्हां दी मर्जी आ, आपां एक छोटे कलाकार आ। ठीक है हुण कई लोकी आके सानूं स्टेज ते वी गल्लां कहिंदे ने कि भई तुसीं चलोगे नाइट ते, ए मैं थोड़ा लास्ट ते थानू बाद च दसूंगी ए मैटर। ते उत्थे की होया जी फिर मेरे वल्लों गालां कढ़ियां गईयां, मैं कुछ अपशब्द यूज कीते ने उत्थे, ऑब्वियसली जे कोई सानू बोलूगा गाल कढूगा जां कुछ कहूगा तां फिर तां मूहरों भी सुनूंगे, हुण तुसी मेरे नाल बैठे हो मैं थानू गाल कढदा थानू गुस्सा नहीं आएगा, थानू मैं गिलास चक के मारदा, तुसी ऑब्वियसली यूज करूंगी लैंग्वेज। ठीक है ना हुण इन्हां दा मैटर ये कि कुड़ी ने गंदियां गालां कढ़ियां ने, कुड़ी नूं ये सूट नहीं करदियां क्यों भाई, तुसी मुंडे हो तुसी गालां दे सकदे हो, तुसी नशे शराबां पी के कुड़ियां उत्ते दारू डोल सकदे हो, ते कुड़ी ने जे गाल कढ़ती तुसी उहदा मुद्दा बना रहे हो, कुड़ी ने गाल क्यों कढ़ी है। मैटर सर यही सीगा कि उस तो बाद उन्होंने मैनू अंदर लै गए ने, सारा मामला शांत हो गया वा। दुबारा तो फिर मतलब पैलेस वो जेहड़े आए ने जिन्होंने मेरे नाल ये हरकतां कीतियां सी मेरे कोल आए ने, ते तुसी फिर मैनू आके कहंदे ने तुसी काम क्यों करदे हो जे तुसी ये चीजां झेल नहीं सकदे। मैं क्या देखो काम करदे आ ठीक आ, ते ए साडी चलो मजबूरी तो की हुंदी आपां कह दिंदे आ जिहदा काम करदे आ, मेरी चॉइस आ। कई हुण कई लोकी कह दिंदे जे इन्हां दी मजबूरी आ ते इन्हां नूं डांस ही लभिया सी करन नूं, इह होर काम कर लैंदियां क्यों भाई, मेरी मर्जी, मेरी मर्जी आ, मैं डांस करना आ। इहदा मतलब इह तां नहीं आ कि ऑडियंस वाले हुण मैनूं कई लोक आ पहले इन्नी सालां च मैनूं पहली बार एक कोई किसे बंदे ने इदां मतलब एहो जी सिचुएशन अज आई है ना, एहो जी इन्ने साल 12-13 साल हो गया मैनू कदी भी किसी ने इस चीज इथो तक दिमाग मेरा पागल नहीं किया कि मैं गाला कड्डा। वीडियो वायरल हो रही है, कदों दी वीडियो हैगी आ, की मामला है इस पूरे मामले दे विच ते किथे दी वीडियो हैगी आ? सर ये वीडियो हैगी अपनी समराले दी आ, समराले कोई गेल रिजोर्ट आ उथे दी ये वीडियो आ। ते मामला जेड़ा सीगा कॉमन ही मामला सीगा, रेगुलर ही कुड़ियां नू फेस करना पैंदा आ। ते
ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚਲ ਜਾਂਦੇ ਹਾਂ ਕੋਈ ਗੱਲ ਨੀ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਉਹਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ ਹਨਾ ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਹੈ ਠੀਕ ਹੈ ਫਿਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ ਹਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਇਹ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਨੂੰ ਗਾਲ ਕੱਢਦਾ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ ਠੀਕ ਹੈ ਨਾ ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂ ਭਾਈ ਤੁਸੀਂ ਮੁੰਡੇ ਹੋ ਤੁਸੀਂ ਗਾਲਾਂ ਦੇ ਸਕਦੇ ਹੋ ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ ਕੁੜੀ ਨੇ ਗਾਲ ਕਿਉਂ ਕੱਢੀ ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ ਮੇਰੇ ਕੋਲ ਆਏ ਨੇ ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ ਮੈਂ ਕਿਹਾ ਦੇਖੋ ਕੰਮ ਕਰਦੇ ਆ ਠੀਕ ਆ ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ ਮੇਰੀ ਚੋਇਸ ਆ ਕਈ ਹੁਣ ਕਈ ਲੋਕੀ ਕਹਿ ਦਿੰਦੇ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ ਇਹ ਹੋਰ ਕੰਮ ਕਰ ਲੈਂਦੀਆਂ ਕਿਉਂ ਭਾਈ ਮੇਰੀ ਮਰਜ਼ੀ ਮੇਰੀ ਮਰਜ਼ੀ ਆ ਮੈਂ ਡਾਂਸ ਕਰਨਾ ਆ ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜੀ ਸਿਚੁਏਸ਼ਨ ਅੱਜ ਆਈ ਆ ਹਨਾ ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ ਵੀਡੀਓ ਵਾਇਰਲ ਹੋ ਰਹੀ ਆ ਕਦੋਂ ਦੀ ਵੀਡੀਓ ਹੈਗੀ ਆ ਕੀ ਮਾਮਲਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ ਸਮਰਾਲੇ ਕੋਈ ਗਿੱਲ ਰਿਜ਼ੋਰਟ ਆ ਉੱਥੇ ਦੀ ਇਹ ਵੀਡੀਓ ਆ ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚਲ ਜਾਂਦੇ ਹਾਂ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ
ਸੂਚੀ ਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ। ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਹੈ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ। ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ। ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੀ ਲੈਂਗੁਏਜ, ਠੀਕ ਹੈ ਨਾ। ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ, ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ, ਜਿਹਦਾ ਕੰਮ ਕਰਦੇ ਆ, ਮੇਰੀ ਚੋਇਸ ਆ। ਕਈ ਹੁਣ ਕਈ ਲੋਕੀ ਕਹਿੰਦੇ ਲੈ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ, ਇਹ ਹੋਰ ਕੰਮ ਕਰ ਲੈਂਦੀਆਂ। ਕਿਉਂ ਭਾਈ, ਮੇਰੀ ਮਰਜ਼ੀ, ਮੇਰੀ ਮਰਜ਼ੀ ਆ, ਮੈਂ ਡਾਂਸ ਕਰਨਾ ਆ। ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ, ਹਨਾ। ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ, ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ। ਵੀਡੀਓ ਵਾਇਰਲ ਹੋ ਰਹੀ ਆ, ਕਦੋਂ ਦੀ ਵੀਡੀਓ ਹੈਗੀ ਆ, ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ, ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ? ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ, ਸਮਰਾਲੇ ਕੋਈ ਗਿੱਲ ਰਿਜ਼ੋਰਟ ਆ, ਉੱਥੇ ਦੀ ਇਹ ਵੀਡੀਓ ਆ। ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ, ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ। ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ, ਜਿਨ੍ਹਾਂ ਨੇ ਮੈਨੂੰ ਸਪੋਂਸਰ ਕੀਤਾ ਆ, ਉਹ ਤਾਂ ਮੈਨੂੰ ਜਾਣਦਾ ਸੀ ਬੰਦਾ, ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ, ਹੈਨਾ, ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ। ਹੋਇਆ ਕੁਛ ਨਹੀਂ ਜੀ, ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ। ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ। ਜਿਹੜੇ ਚੰਗੇ ਲੋਕ ਹੁੰਦੇ ਨੇ, ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ, ਅਸੀਂ ਚੱਲ ਜਾਂਦੇ ਹਾਂ, ਕੋਈ ਗੱਲ ਨਹੀਂ ਜੀ, ਇੱਜ਼ਤ ਨਾਲ ਬੁਲਾ ਰਹੇ ਨੇ, ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼, ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ। ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ, ਸ਼ਰਾਬ ਪੀਤੀ ਹੋਈ ਆ, ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ, ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ। ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ, ਇਵੇਂ ਕੀਤਾ ਕਿ ਤੂੰ ਜਾ ਇੱਥੋਂ। ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ, ਹਨਾ, ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ, ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ, ਕਿਉਂ? ਮੈਂ ਆਰਟਿਸਟ ਆ, ਮੇਰੀ ਵੀ ਕੋਈ ਰਿਸਪੈਕਟ ਆ, ਰੈਪੂਟੇਸ਼ਨ ਆ, ਮੈਂ ਕਿਉਂ ਜਾਵਾਂ? ਤੇ ਉਹਨਾਂ ਨੇ ਮੈਨੂੰ, ਫਿਰ ਦੂਸਰਾ ਮੁੰਡਾ ਆਇਆ, ਉਹਨੇ ਪਿੱਛੋਂ ਲਿਆ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ, ਜਿਹਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ। ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ। ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ।
ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓਂ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ, ਠੀਕ ਹੈ ਨਾ? ਹੁਣ ਇੰਨਾ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ? ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਤੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ, ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ, ਮੇਰੀ ਚੋਇਸ ਆ। ਕਈ ਹੁਣ ਕਈ ਲੋਕੀ ਕਹਿੰਦੇ ਲੈ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ, ਇਹ ਹੋਰ ਕੰਮ ਕਰ ਲੈਂਦੀਆਂ। ਕਿਉਂ ਭਾਈ? ਮੇਰੀ ਮਰਜ਼ੀ, ਮੇਰੀ ਮਰਜ਼ੀ ਆ, ਮੈਂ ਡਾਂਸ ਕਰਨਾ ਆ। ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਆ ਪਹਿਲ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਏਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ, ਹਨਾ, ਇਹੋ ਜਿਹੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ, ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਣਾ ਕੱਢਾਂ। ਵੀਡੀਓ ਵਾਇਰਲ ਹੋ ਰਹੀ ਆ, ਕਦੋਂ ਦੀ ਵੀਡੀਓ ਹੈਗੀ ਆ, ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ, ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ? ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ, ਸਮਰਾਲੇ ਕੋਈ ਗਿੱਲ ਰਿਜ਼ੋਰਟ ਆ, ਉੱਥੇ ਦੀ ਇਹ ਵੀਡੀਓ ਆ। ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ, ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ। ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ, ਜਿਨ੍ਹਾਂ ਨੇ ਮੈਨੂੰ ਸਪੋਂਸਰ ਕੀਤਾ ਆ, ਉਹ ਤਾਂ ਮੈਨੂੰ ਜਾਣਦਾ ਸੀ ਬੰਦਾ, ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ, ਹੈ ਨਾ, ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ। ਕੁਛ ਨਹੀਂ ਜੀ, ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ। ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ। ਜਿਹੜੇ ਚੰਗੇ ਲੋਕ ਹੁੰਦੇ, ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ, ਅਸੀਂ ਚਲ ਜਾਂਦੇ ਹਾਂ, ਕੋਈ ਗੱਲ ਨੀ ਜੀ, ਇੱਜ਼ਤ ਨਾਲ ਬੁਲਾ ਰਹੇ ਨੇ, ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼, ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ। ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ, ਸ਼ਰਾਬ ਪੀਤੀ ਹੋਈ ਆ, ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ, ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ। ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ, ਇਵੇਂ ਕੀਤਾ ਕਿ ਤੂੰ ਜਾ ਇੱਥੋਂ। ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ, ਹੈਨਾ, ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ, ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ, ਕਿਉਂ? ਮੈਂ ਆਰਟਿਸਟ ਆ, ਮੇਰੀ ਵੀ ਕੋਈ ਰਿਸਪੈਕਟ ਆ, ਰੈਪੂਟੇਸ਼ਨ ਆ, ਮੈਂ ਕਿਉਂ ਜਾਵਾਂ? ਤੇ ਉਹਨਾਂ ਨੇ ਮੈਨੂੰ, ਫਿਰ ਦੂਸਰਾ ਮੁੰਡਾ ਆਇਆ, ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ, ਉਹਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ, ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ, ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ, ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਇਹ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ। ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓਂ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ, ਠੀਕ ਹੈ ਨਾ। ਹੁਣ ਇੰਨਾ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ? ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਤੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ
चलो मजबूरी तो की हुंदी आपां कह दिंदे आ जिहदा काम करदे आ, मेरी चॉइस आ। कई हुण कई लोकी कह दिंदे जे इन्हां दी मजबूरी आ ते इन्हां नूं डांस ही लभिया सी करन नूं, इह होर काम कर लैंदियां क्यों भाई, मेरी मर्जी, मेरी मर्जी आ, मैं डांस करना आ। इहदा मतलब इह तां नहीं आ कि ऑडियंस वाले हुण मैनूं, कई लोक आ पहले इन्नी सालां च मैनूं पहली बार एक कोई किसे बंदे ने इदां मतलब एहो जी सिचुएशन अज आई है ना, एहो जी इन्ने साल 12-13 साल हो गया मैनूं कदी भी किसे ने इस अपनी समराले दी आ, समराले कोई गेल रिजोर्ट आ, उत्थे दी ए वीडियो आ। ते मामला जेड़ा सीगा कॉमन ही मामला सीगा, रेगुलर ही कुड़ियां नूं फेस करना पैंदा आ। ते इन्हां दा जिहड़ा फंक्शन सीगा जिन्होंने मैनूं स्पोंसर कीता आ, ओह तां मैनूं जानदा सी बंदा, जिन्हां दे अगे मैं गई हां उन्हां नूं मैं बिल्कुल नहीं जानदी है ना, कि कौन ने सामने वाली पार्टी जां कुछ होया कुछ नहीं जी। ओह मैनूं कह रहे सीगे कि स्टेज तों नीचे आ, तकरीबन ही कुड़ियां नूं स्टेज तों नीचे बुलांदे ने कि भाई तुसीं स्टेज ते नीचे आओ, जिहड़े चंगे लोक हुंदे लेडीज बुलांदियां ने सानूं, असीं चल जांदे आ, कोई गल नहीं जी, इज्जत नाल बुला रहे ने, इज्जत नाल बुलांदे ने लेडीज, आपां लेडीज आ तां लेडीज दे थ्रू आपां जा सकदे आ। फिर ओ बंदे ने दारू पीती हुई आ, शराब पीती हुई आ, उस तो बावजूद कह रहे नीचे आके डांस कर, ते ओ चीज मैनू वधिया नहीं लगी। ते फिर मैनू उन्होंने कहा कि तू इत्थे जा, इवें कीता कि तू जा इत्थे। ते मैनू अपनी डिसरिस्पेक्ट जी लगी कि भाई है ना, क्यों मैं क्यों जावा जे मैं नीचे नहीं आ रही, मतलब मैं स्टेज तो वापस चल जा क्यों, मैं आर्टिस्ट हाँ, मेरी भी कोई रिस्पेक्ट आ, रेपुटेशन आ, मैं क्यों जावा। ते उन्होंने मैनू फिर दूसरा मुंडा आया ओने पिछे लाके गिलास मारिया आ मेरे वल नूं, वीडियो दे विच नजर भी आ रहा है। हां जी उन्होंने गिलास मारिया वा ते कि ए चल जाएगी जा किदा है ना, अपनी वलों उन्होंने मैनू मारन दी कोशिश कीती पर मेरे लग्या नहीं है, ठीक है। फिर जी मैनू जेड़े जिन्होंने हत्थों फड़िया होया सीगा कि पछा कर रहे सीगे आ जा, ओ भी मेरी गलती कढ रहे सी कि तू एदा एदा करके तू अड़ गई आ उत्थे जा किदा है ना। ते मैं अड़ी इस करके सीगी कि जे असीं तुहाडी गल नहीं मन्नी, मैं एक आर्टिस्ट हां, देखो ए ना समझदे ने कि पेमेंट करती आ ते हुण कुड़ी असीं खरीद ली आ, ठीक है। आर्टिस्टां दे विच फर्क हुंदे ने, कुछ प्रोस्टीट्यूट हुंदियां ने, कोई आपां उहनां नूं भी गलत नहीं कहिंदे, चलो उहनां ओह आपदी उहनां दी मर्जी आ, ठीक है। फिर एक मुजरे वालियां हुंदियां ने, ओह उहनां दी मर्जी आ, आपां एक छोटे कलाकार आ, ठीक है। हुण कई लोकी आ के सानूं स्टेज ते वी गल्लां कहिंदे ने कि भई तुसीं चलोगे नाइट ते, ए मैं थोड़ा लास्ट ते थानू बाद च दसूंगी ए मैटर। ते उत्थे की होया जी, फिर मेरे वल्लों गालां कढ़ियां गईयां, मैं कुछ अपशब्द यूज कीते ने उत्थे। ऑब्वियसली जे कोई सानू बोलूगा गाल कढूगा जां कुछ कहूगा तां फिर तां मूहरों भी सुनूंगे, हुण तुसी मेरे नाल बैठे हो मैं थानू गाल कढदा थानू गुस्सा नहीं आएगा, थानू मैं गिलास चक के मारदा, तुसी ऑब्वियसली यूज करूंगी लैंग्वेज, ठीक है ना। हुण इन्हां दा मैटर ये कि कुड़ी ने गंदियां गालां कढ़ियां ने, कुड़ी नूं ये सूट नहीं करदियां, क्यों भाई, तुसी मुंडे हो, तुसी गालां दे सकदे हो, तुसी नशे शराबां पी के कुड़ियां उत्ते दारू डोल सकदे हो, ते कुड़ी ने जे गाल कढ़ती तुसी उहदा मुद्दा बना रहे हो, कुड़ी ने गाल क्यों कढ़ी। मैटर सर यही सीगा कि उस तो बाद उन्होंने मैनू अंदर लै गए ने, सारा मामला शांत हो गया वा। दुबारा तो फिर मतलब पैलेस वो जेड़े आए ने जिन्हां ने मेरे नाल ये हरकतां कीतियां सी मेरे कोल आए ने, ते तुसी फिर मैनू आके कहिंदे ने तुसी काम क्यों करदे हो जे तुसी ये चीजां झेल नहीं सकदे। मैं क्या देखो काम करदे आ, ठीक आ, ते ए साडी चलो मजबूरी तो की हुंदी आपां कह दिंदे आ जिहदा काम करदे आ, मेरी चॉइस आ। कई हुण कई लोकी कह दिंदे जे इन्हां दी मजबूरी आ ते इन्हां नूं डांस ही लभिया सी करन नूं, इह होर काम कर लैंदियां क्यों भाई, मेरी मर्जी, मेरी मर्जी आ, मैं डांस करना आ। इहदा मतलब इह तां नहीं आ कि ऑडियंस वाले हुण मैनूं कई लोक आ पहले इन्नी सालां च मैनूं पहली बार एक कोई किसे बंदे ने इदां मतलब एहो जी सिचुएशन अज आई है ना, एहो जी इन्ने साल 12-13 साल हो गया मैनूं कदी भी किसे ने इस चीज इत्थों तक दिमाग मेरा पागल नहीं कीता कि मैं गाला कड्डा। वीडियो वायरल हो रही आ, कदों दी वीडियो हैगी आ, की मामला है कि इस पूरे मामले दे विच ते कित्थे दी ये वीडियो हैगी आ। सर ये वीडियो हैगी अपनी समराले दी आ, समराले कोई गेल रिजोर्ट आ, उत्थे दी ये वीडियो आ। ते मामला जेड़ा सीगा कॉमन ही मामला सीगा, रेगुलर ही कुड़ियां नूं फेस करना पैंदा आ। ते
ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚੱਲ ਜਾਂਦੇ ਹਾਂ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਭਾਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਉਹਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ ਹਨਾ ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਹੈ ਠੀਕ ਹੈ ਫਿਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ ਹਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਇਹ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਨੂੰ ਗਾਲ ਕੱਢਦਾ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ ਠੀਕ ਹੈ ਨਾ ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂ ਭਾਈ ਤੁਸੀਂ ਮੁੰਡੇ ਹੋ ਤੁਸੀਂ ਗਾਲਾਂ ਦੇ ਸਕਦੇ ਹੋ ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ ਕੁੜੀ ਨੇ ਗਾਲ ਕਿਉਂ ਕੱਢੀ ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ ਮੇਰੇ ਕੋਲ ਆਏ ਨੇ ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ ਮੈਂ ਕਿਹਾ ਦੇਖੋ ਕੰਮ ਕਰਦੇ ਆ ਠੀਕ ਆ ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ ਮੇਰੀ ਚੋਇਸ ਆ ਕਈ ਹੁਣ ਕਈ ਲੋਕੀ ਕਹਿ ਦਿੰਦੇ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ ਇਹ ਹੋਰ ਕੰਮ ਕਰ ਲੈਂਦੀਆਂ ਕਿਉਂ ਭਾਈ ਮੇਰੀ ਮਰਜ਼ੀ ਮੇਰੀ ਮਰਜ਼ੀ ਆ ਮੈਂ ਡਾਂਸ ਕਰਨਾ ਆ ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਆ ਪਹਿਲ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜੀ ਸਿਚੁਏਸ਼ਨ ਅੱਜ ਆਈ ਆ ਹਨਾ ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ ਵੀਡੀਓ ਵਾਇਰਲ ਹੋ ਰਹੀ ਆ ਕਦੋਂ ਦੀ ਵੀਡੀਓ ਹੈਗੀ ਆ ਕੀ ਮਾਮਲਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ ਸਮਰਾਲੇ ਕੋਈ ਗਿੱਲ ਰਿਜ਼ੋਰਟ ਆ ਉੱਥੇ ਦੀ ਇਹ ਵੀਡੀਓ ਆ ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚਲ ਜਾਂਦੇ ਹਾਂ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਭਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ
ਮੂਵੀ ਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ। ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਹੈ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂਹ ਕਰ ਰਹੇ ਸੀਗੇ ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ। ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੋਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ। ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੀ ਲੈਂਗੁਏਜ, ਠੀਕ ਹੈ ਨਾ। ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ, ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ, ਜਿਹਦਾ ਕੰਮ ਕਰਦੇ ਆ, ਮੇਰੀ ਚੋਇਸ ਆ। ਕਈ ਹੁਣ ਕਈ ਲੋਕੀ ਕਹਿ ਦਿੰਦੇ ਲੈ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ, ਇਹ ਹੋਰ ਕੰਮ ਕਰ ਲੈਂਦੀਆਂ। ਕਿਉਂ ਭਾਈ, ਮੇਰੀ ਮਰਜ਼ੀ, ਮੇਰੀ ਮਰਜ਼ੀ ਆ, ਮੈਂ ਡਾਂਸ ਕਰਨਾ ਆ। ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ, ਹਨਾ। ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ, ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ। ਵੀਡੀਓ ਵਾਇਰਲ ਹੋ ਰਹੀ ਆ, ਕਦੋਂ ਦੀ ਵੀਡੀਓ ਹੈਗੀ ਆ, ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ, ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ? ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ, ਸਮਰਾਲੇ ਕੋਈ ਗਿੱਲ ਰਿਜ਼ੋਰਟ ਆ, ਉੱਥੇ ਦੀ ਇਹ ਵੀਡੀਓ ਆ। ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ, ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ। ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ, ਜਿਨ੍ਹਾਂ ਨੇ ਮੈਨੂੰ ਸਪੋਂਸਰ ਕੀਤਾ ਆ, ਉਹ ਤਾਂ ਮੈਨੂੰ ਜਾਣਦਾ ਸੀ ਬੰਦਾ, ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ, ਹੈਨਾ, ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ। ਹੋਇਆ ਕੁਛ ਨਹੀਂ ਜੀ, ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ। ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ। ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ, ਅਸੀਂ ਚਲ ਜਾਂਦੇ ਹਾਂ, ਕੋਈ ਗੱਲ ਨਹੀਂ ਜੀ, ਇੱਜ਼ਤ ਨਾਲ ਬੁਲਾ ਰਹੇ ਨੇ, ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼, ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ। ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ, ਸ਼ਰਾਬ ਪੀਤੀ ਹੋਈ ਆ, ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ, ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ। ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਤੂੰ ਇੱਥੋਂ ਜਾ, ਇਵੇਂ ਕੀਤਾ ਕਿ ਤੂੰ ਜਾ ਇੱਥੋਂ। ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ, ਹਨਾ, ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ, ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ, ਕਿਉਂ? ਮੈਂ ਆਰਟਿਸਟ ਆ, ਮੇਰੀ ਵੀ ਕੋਈ ਰਿਸਪੈਕਟ ਆ, ਰੈਪੂਟੇਸ਼ਨ ਆ, ਮੈਂ ਕਿਉਂ ਜਾਵਾਂ? ਤੇ ਉਹਨਾਂ ਨੇ ਮੈਨੂੰ, ਫਿਰ ਦੂਸਰਾ ਮੁੰਡਾ ਆਇਆ, ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ, ਜਿਹਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ। ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂਹ ਕਰ ਰਹੇ ਸੀਗੇ ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ। ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੋਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ।
ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਨੂੰ ਗਾਲ ਕੱਢਦਾ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ ਠੀਕ ਹੈ ਨਾ ਹੁਣ ਇੰਨਾ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂ ਭਾਈ ਤੁਸੀਂ ਮੁੰਡੇ ਹੋ ਤੁਸੀਂ ਗਾਲਾਂ ਦੇ ਸਕਦੇ ਹੋ ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ ਕੁੜੀ ਨੇ ਗਾਲ ਕਿਉਂ ਕੱਢੀ ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ ਮੇਰੇ ਕੋਲ ਆਏ ਨੇ ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ ਮੈਂ ਕਿਹਾ ਦੇਖੋ ਕੰਮ ਕਰਦੇ ਆ ਠੀਕ ਆ ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ ਮੇਰੀ ਚੋਇਸ ਆ ਕਈ ਹੁਣ ਕਈ ਲੋਕੀ ਕਹਿੰਦੇ ਲੈ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ ਇਹ ਹੋਰ ਕੰਮ ਕਰ ਲੈਂਦੀਆਂ ਕਿਉਂ ਭਾਈ ਮੇਰੀ ਮਰਜ਼ੀ ਮੇਰੀ ਮਰਜ਼ੀ ਆ ਮੈਂ ਡਾਂਸ ਕਰਨਾ ਆ ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਆ ਪਹਿਲ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਏਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ ਹਨਾ ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਣਾ ਕੱਢਾਂ ਵੀਡੀਓ ਵਾਇਰਲ ਹੋ ਰਹੀ ਆ ਕਦੋਂ ਦੀ ਵੀਡੀਓ ਹੈਗੀ ਆ ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ ਸਮਰਾਲੇ ਕੋਈ ਗਿੱਲ ਰਿਜ਼ੋਰਟ ਆ ਉੱਥੇ ਦੀ ਇਹ ਵੀਡੀਓ ਆ ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਆ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚਲ ਜਾਂਦੇ ਆ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਆ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੇ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਭਈ ਹੈਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਆ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਉਹਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ ਹਨਾ ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ ਠੀਕ ਹੈ ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ ਹਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਭਈ ਤੁਸੀਂ ਚੱਲੂਗੇ ਨਾਈਟ ਤੇ ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਨੂੰ ਗਾਲ ਕੱਢਦਾ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ ਠੀਕ ਹੈ ਨਾ ਹੁਣ ਇੰਨਾ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂ ਭਾਈ ਤੁਸੀਂ ਮੁੰਡੇ ਹੋ ਤੁਸੀਂ ਗਾਲਾਂ ਦੇ ਸਕਦੇ ਹੋ ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ ਕੁੜੀ ਨੇ ਗਾਲ ਕਿਉਂ ਕੱਢੀ ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ ਮੇਰੇ ਕੋਲ ਆਏ ਨੇ ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ ਮੈਂ ਕਿਹਾ ਦੇਖੋ ਕੰਮ ਕਰਦੇ ਆ ਠੀਕ ਆ ਤੇ ਇਹ ਸਾਡੀ
चलो मजबूरी तो की हुंदी आपां कह दिंदे आ जिहदा काम करदे आ, मेरी चॉइस आ। कई हुण कई लोकी कह दिंदे जे इन्हां दी मजबूरी आ ते इन्हां नूं डांस ही लभिया सी करन नूं, इह होर काम कर लैंदियां क्यों भाई, मेरी मर्जी आ, मैं डांस करना आ। इहदा मतलब इह तां नहीं आ कि ऑडियंस वाले हुण मैनूं कई लोक आ पहले इन्नी सालां च मैनूं पहली बार एक कोई किसे बंदे ने इदां मतलब एहो जी सिचुएशन अज आई है ना, एहो जी इन्ने साल 12-13 साल हो गया मैनू कदी भी किसी ने इस चीज इथो तक दिमाग मेरा पागल नहीं किया कि मैं गाला कड्डा। वीडियो वायरल हो रही है, कदों दी वीडियो हैगी आ, की मामला है इस पूरे मामले दे विच ते किथे दी वीडियो हैगी आ? सर ये वीडियो हैगी अपनी समराले दी आ, समराले कोई गेल रिजोर्ट आ उथे दी ये वीडियो आ। ते मामला जेड़ा सीगा कॉमन ही मामला सीगा, रेगुलर ही कुड़ियां नू फेस करना पैंदा आ। ते इन्ना दा जेड़ा फंक्शन सीगा जिन्होंने मैनू स्पोंसर कीता आ ओ तां मैनू जानदा सी बंदा, जिन्हां दे अग्गे मैं गई हां उन्हां नू मैं बिल्कुल नहीं जानदी है ना कि कौन ने सामने वाली पार्टी जां कुछ होया कुछ नहीं जी। ओ मैनू कह रहे सीगे कि स्टेज तो नीचे आ, तकरीबन ही कुड़ियां नू स्टेज तो नीचे बुलांदे ने कि भाई तुसीं स्टेज ते नीचे आओ, जिहड़े चंगे लोक हुंदे लेडीज बुलांदियां ने सानू असीं चल जांदे आ, कोई गल नहीं जी इज्जत ना बुला रहे ने, इज्जत ना बुलांदे ने लेडीज, आपां लेडीज आ तां लेडीज दे थ्रू आपां जा सकदे आ। फिर ओ बंदिया ने दारू पीती हुई आ, शराब पीती हुई आ, उस तो बावजूद कह रहे नीचे आके डांस कर, ते ओ चीज मैनू वधिया नहीं लगी। ते फिर मैनू उन्होंने कहा कि तू इथो जा, इवें कीता कि तू जा इथो। ते मैनू अपनी डिसरिस्पेक्ट जी लगी कि भाई है ना क्यों मैं क्यों जावा, जे मैं नीचे नहीं आ रही मतलब मैं स्टेज तो वापस चल जा क्यों, मैं आर्टिस्ट हाँ मेरी भी कोई रिस्पेक्ट आ रेपुटेशन आ, मैं क्यों जावा। ते उन्होंने मैनू फिर दूसरा मुंडा आया ओने पिछे लाके गिलास मारिया आ मेरे वल नूं, वीडियो दे विच नजर भी आ रहे हैं। हां जी उन्होंने गिलास मारिया वा ते कि ए चल जाएगी जा किदा है ना, अपनी वल्लों उन्होंने मैनू मारन दी कोशिश कीती पर मेरे लग्या नहीं है ठीक है। फिर जी मैनू जेड़े जिन्होंने हत्थों फड़िया होया सीगा कि पछा कर रहे सीगे आ जा, ओ भी मेरी गलती कढ रहे सी कि तू एदा एदा करके तू अड़ गई उत्थे जा किदा है ना। ते मैं अड़ी इस करके सीगी कि जे असीं तुहाडी गल नहीं मन्नी, मैं एक आर्टिस्ट हाँ, देखो ए ना समझदे ने कि पेमेंट करती आ ते हुण कुड़ी असीं खरीद ली आ ठीक है। आर्टिस्टां दे विच फर्क हुंदे ने, कुछ प्रोस्टीट्यूट हुंदियां ने कोई, आपां उहनां नूं वी गलत नहीं कहिंदे, चलो ओह आपदी उहनां दी मर्जी आ ठीक है। फिर एक मुजरे वालियां हुंदियां ने ओह उहनां दी मर्जी आ, आपां एक छोटे कलाकार आ ठीक है। हुण कई लोकी आ के सानूं स्टेज ते वी गल्लां कहिंदे ने कि भई तुसीं चलोगे नाइट ते, ए मैं थोड़ा लास्ट ते थानू बाद च दसूंगी ए मैटर। ते उत्थे की होया जी फिर मेरे वल्लों गालां कढ़ियां गईयां, मैं कुछ अपशब्द यूज कीते ने उत्थे, ऑब्वियसली जे कोई सानू बोलूगा गाल कढूगा जां कुछ कहूगा तां फिर तां मूहरों भी सुनूंगे, हुण तुसी मेरे नाल बैठे हो मैं थानू गाल कढदा थानू गुस्सा नहीं आएगा, थानू मैं गिलास चक के मारदा, तुसी ऑब्वियसली यूज करूंगी लैंग्वेज ठीक है ना। हुण इन्हां दा मैटर ये कि कुड़ी ने गंदियां गालां कढ़ियां ने, कुड़ी नूं ये सूट नहीं करदियां क्यों भाई, तुसी मुंडे हो तुसी गालां दे सकदे हो, तुसी नशे शराबां पी के कुड़ियां उत्ते दारू डोल सकदे हो, ते कुड़ी ने जे गाल कढ़ती तुसी उहदा मुद्दा बना रहे हो, कुड़ी ने गाल क्यों कढ़ी है। मैटर सर यही सीगा कि उस तो बाद उन्होंने मैनू अंदर लै गए ने, सारा मामला शांत हो गया वा। दुबारा तो फिर मतलब पैलेस वो जेड़े आए ने जिन्हां ने मेरे नाल हरकतां कीतियां सी मेरे कोल आए ने, ते तुसी फिर मैनू आके कहंदे ने तुसी काम क्यों करदे हो जे तुसी ये चीजां झेल नहीं सकदे। मैं क्या देखो काम करदे आ ठीक आ, ते ए साडी चलो मजबूरी तो की हुंदी आपां कह दिंदे आ जिहदा काम करदे आ, मेरी चॉइस आ। कई हुण कई लोकी कह दिंदे जे इन्हां दी मजबूरी आ ते इन्हां नूं डांस ही लभिया सी करन नूं, इह होर काम कर लैंदियां क्यों भाई, मेरी मर्जी आ, मैं डांस करना आ। इहदा मतलब इह तां नहीं आ कि ऑडियंस वाले हुण मैनूं कई लोक आ पहले इन्नी सालां च मैनूं पहली बार एक कोई किसे बंदे ने इदां मतलब एहो जी सिचुएशन अज आई है ना, एहो जी इन्ने साल 12-13 साल हो गया मैनू कदी भी किसी ने इस चीज इथो तक दिमाग मेरा पागल नहीं किया कि मैं गाला कड्डा। वीडियो वायरल हो रही है, कदों दी वीडियो हैगी आ, की मामला है इस पूरे मामले दे विच ते किथे दी वीडियो हैगी आ? सर ये वीडियो हैगी अपनी समराले दी आ, समराले कोई गेल रिजोर्ट आ उथे दी ये वीडियो आ। ते मामला जेड़ा सीगा कॉमन ही मामला सीगा, रेगुलर ही कुड़ियां नू फेस करना पैंदा आ। ते
ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚੱਲ ਜਾਂਦੇ ਹਾਂ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਉਹਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ ਹਨਾ ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ ਠੀਕ ਹੈ ਫਿਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ ਹਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਇਹ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਨੂੰ ਗਾਲ ਕੱਢਦਾ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ ਠੀਕ ਹੈ ਨਾ ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂ ਭਾਈ ਤੁਸੀਂ ਮੁੰਡੇ ਹੋ ਤੁਸੀਂ ਗਾਲਾਂ ਦੇ ਸਕਦੇ ਹੋ ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ ਕੁੜੀ ਨੇ ਗਾਲ ਕਿਉਂ ਕੱਢੀ ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ ਮੇਰੇ ਕੋਲ ਆਏ ਨੇ ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ ਮੈਂ ਕਿਹਾ ਦੇਖੋ ਕੰਮ ਕਰਦੇ ਆ ਠੀਕ ਆ ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ ਮੇਰੀ ਚੋਇਸ ਆ ਕਈ ਹੁਣ ਕਈ ਲੋਕੀ ਕਹਿ ਦਿੰਦੇ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ ਇਹ ਹੋਰ ਕੰਮ ਕਰ ਲੈਂਦੀਆਂ ਕਿਉਂ ਭਾਈ ਮੇਰੀ ਮਰਜ਼ੀ ਮੇਰੀ ਮਰਜ਼ੀ ਆ ਮੈਂ ਡਾਂਸ ਕਰਨਾ ਆ ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜੀ ਸਿਚੁਏਸ਼ਨ ਅੱਜ ਆਈ ਆ ਹਨਾ ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ ਵੀਡੀਓ ਵਾਇਰਲ ਹੋ ਰਹੀ ਆ ਕਦੋਂ ਦੀ ਵੀਡੀਓ ਹੈਗੀ ਆ ਕੀ ਮਾਮਲਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ ਸਮਰਾਲੇ ਕੋਈ ਗਿੱਲ ਰਿਜ਼ੋਰਟ ਆ ਉੱਥੇ ਦੀ ਇਹ ਵੀਡੀਓ ਆ ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚਲ ਜਾਂਦੇ ਹਾਂ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ
ਸੂਚੀ ਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ। ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਹੈ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂਹ ਕਰ ਰਹੇ ਸੀਗੇ ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ। ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ। ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੀ ਲੈਂਗੁਏਜ, ਠੀਕ ਹੈ ਨਾ। ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ, ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ, ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ, ਮੇਰੀ ਚੋਇਸ ਆ। ਕਈ ਹੁਣ ਕਈ ਲੋਕੀ ਕਹਿ ਦਿੰਦੇ ਲੈ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ, ਇਹ ਹੋਰ ਕੰਮ ਕਰ ਲੈਂਦੀਆਂ। ਕਿਉਂ ਭਾਈ, ਮੇਰੀ ਮਰਜ਼ੀ, ਮੇਰੀ ਮਰਜ਼ੀ ਆ, ਮੈਂ ਡਾਂਸ ਕਰਨਾ ਆ। ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇੱਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ, ਹਨਾ। ਇਹੋ ਜੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ, ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ। ਵੀਡੀਓ ਵਾਇਰਲ ਹੋ ਰਹੀ ਆ, ਕਦੋਂ ਦੀ ਵੀਡੀਓ ਹੈਗੀ ਆ, ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ, ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ? ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ, ਸਮਰਾਲੇ ਕੋਈ ਗਿੱਲ ਰਿਜ਼ੋਰਟ ਆ, ਉੱਥੇ ਦੀ ਇਹ ਵੀਡੀਓ ਆ। ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ, ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ। ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ, ਜਿਨ੍ਹਾਂ ਨੇ ਮੈਨੂੰ ਸਪੋਂਸਰ ਕੀਤਾ ਆ, ਉਹ ਤਾਂ ਮੈਨੂੰ ਜਾਣਦਾ ਸੀ ਬੰਦਾ। ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ, ਹੈਨਾ, ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ। ਹੋਇਆ ਕੁਛ ਨਹੀਂ ਜੀ, ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ। ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ। ਜਿਹੜੇ ਚੰਗੇ ਲੋਕ ਹੁੰਦੇ ਨੇ, ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ, ਅਸੀਂ ਚੱਲ ਜਾਂਦੇ ਹਾਂ, ਕੋਈ ਗੱਲ ਨਹੀਂ ਜੀ, ਇੱਜ਼ਤ ਨਾਲ ਬੁਲਾ ਰਹੇ ਨੇ, ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼, ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ। ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ, ਸ਼ਰਾਬ ਪੀਤੀ ਹੋਈ ਆ, ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ, ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ। ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੋਂ ਜਾ, ਇਵੇਂ ਕੀਤਾ ਕਿ ਤੂੰ ਜਾ ਇੱਥੋਂ। ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ, ਹਨਾ, ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ, ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ? ਮੈਂ ਆਰਟਿਸਟ ਆ, ਮੇਰੀ ਵੀ ਕੋਈ ਰਿਸਪੈਕਟ ਆ, ਰੈਪੂਟੇਸ਼ਨ ਆ, ਮੈਂ ਕਿਉਂ ਜਾਵਾਂ? ਤੇ ਉਹਨਾਂ ਨੇ ਮੈਨੂੰ, ਫਿਰ ਦੂਸਰਾ ਮੁੰਡਾ ਆਇਆ, ਉਹਨੇ ਪਿੱਛੋਂ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ, ਜਿਹਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ। ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂਹ ਕਰ ਰਹੇ ਸੀਗੇ ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ। ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ।
ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓਂ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ, ਠੀਕ ਹੈ ਨਾ? ਹੁਣ ਇੰਨਾ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ? ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ ਚਲੋ ਮਜਬੂਰੀ ਤਾਂ ਕੀ ਹੁੰਦੀ ਆ, ਆਪਾਂ ਕਹਿ ਦਿੰਦੇ ਆ ਜਿਹਦਾ ਕੰਮ ਕਰਦੇ ਆ, ਮੇਰੀ ਚੋਇਸ ਆ। ਕਈ ਹੁਣ ਕਈ ਲੋਕੀ ਕਹਿੰਦੇ ਨੇ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ, ਇਹ ਹੋਰ ਕੰਮ ਕਰ ਲੈਂਦੀਆਂ। ਕਿਉਂ ਭਾਈ? ਮੇਰੀ ਮਰਜ਼ੀ, ਮੇਰੀ ਮਰਜ਼ੀ ਆ, ਮੈਂ ਡਾਂਸ ਕਰਨਾ ਆ। ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅੰਸ ਵਾਲੇ ਹੁਣ ਮੈਨੂੰ ਕਈ ਲੋਕ ਆ ਪਹਿਲ ਇੰਨੇ ਸਾਲਾਂ ਚ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਏਦਾਂ ਮਤਲਬ ਇਹੋ ਜਿਹੀ ਸਿਚੁਏਸ਼ਨ ਅੱਜ ਆਈ ਆ, ਹਨਾ, ਇਹੋ ਜਿਹੀ ਇੰਨੇ ਸਾਲ 12-13 ਸਾਲ ਹੋ ਗਿਆ ਮੈਨੂੰ, ਕਦੀ ਵੀ ਕਿਸੇ ਨੇ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਲਾਂ ਕੱਢਾਂ। ਵੀਡੀਓ ਵਾਇਰਲ ਹੋ ਰਹੀ ਆ, ਕਦੋਂ ਦੀ ਵੀਡੀਓ ਹੈਗੀ ਆ, ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ, ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ? ਸਰ ਇਹ ਵੀਡੀਓ ਹੈਗੀ ਆ ਆਪਣੀ ਸਮਰਾਲੇ ਦੀ ਆ, ਸਮਰਾਲੇ ਕੋਈ ਗਿੱਲ ਰਿਜ਼ੋਰਟ ਆ, ਉੱਥੇ ਦੀ ਇਹ ਵੀਡੀਓ ਆ। ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ, ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ। ਤੇ ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ, ਜਿਨ੍ਹਾਂ ਨੇ ਮੈਨੂੰ ਸਪੋਂਸਰ ਕੀਤਾ ਆ, ਉਹ ਤਾਂ ਮੈਨੂੰ ਜਾਣਦਾ ਸੀ ਬੰਦਾ, ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ, ਹੈ ਨਾ, ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ। ਕੁਛ ਨਹੀਂ ਜੀ, ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ। ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ। ਜਿਹੜੇ ਚੰਗੇ ਲੋਕ ਹੁੰਦੇ, ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ, ਅਸੀਂ ਚਲ ਜਾਂਦੇ ਹਾਂ, ਕੋਈ ਗੱਲ ਨੀ ਜੀ, ਇੱਜ਼ਤ ਨਾਲ ਬੁਲਾ ਰਹੇ ਨੇ, ਇੱਜ਼ਤ ਨਾਲ ਬੁਲਾਉਂਦੇ ਨੇ ਲੇਡੀਜ਼, ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ। ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ, ਸ਼ਰਾਬ ਪੀਤੀ ਹੋਈ ਆ, ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ, ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ। ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਇੱਥੇ ਜਾ, ਇਵੇਂ ਕੀਤਾ ਕਿ ਤੂੰ ਜਾ ਇੱਥੋਂ। ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ, ਹੈਨਾ, ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ, ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ, ਕਿਉਂ? ਮੈਂ ਆਰਟਿਸਟ ਆ, ਮੇਰੀ ਵੀ ਕੋਈ ਰਿਸਪੈਕਟ ਆ, ਰੈਪੂਟੇਸ਼ਨ ਆ, ਮੈਂ ਕਿਉਂ ਜਾਵਾਂ? ਤੇ ਉਹਨਾਂ ਨੇ ਮੈਨੂੰ, ਫਿਰ ਦੂਸਰਾ ਮੁੰਡਾ ਆਇਆ, ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ, ਉਹਦੇ ਵਿੱਚ ਨਜ਼ਰ ਵੀ ਆ ਰਿਹਾ। ਹਾਂਜੀ, ਉਹਨਾਂ ਨੇ ਗਲਾਸ ਮਾਰਿਆ ਵਾ, ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ, ਹਨਾ, ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ, ਠੀਕ ਹੈ। ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ, ਆ ਜਾ, ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ, ਹਨਾ। ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ, ਮੈਂ ਇੱਕ ਆਰਟਿਸਟ ਹਾਂ, ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ, ਠੀਕ ਹੈ। ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ, ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ, ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ, ਠੀਕ ਹੈ। ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ, ਉਹ ਵੀ ਉਹਨਾਂ ਦੀ ਮਰਜ਼ੀ ਆ, ਆਪਾਂ ਇੱਕ ਛੋਟੇ ਕਲਾਕਾਰ ਆ, ਠੀਕ ਹੈ। ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਇਹ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ, ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ। ਤੇ ਉੱਥੇ ਕੀ ਹੋਇਆ ਜੀ, ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ, ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ। ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ, ਗਾਲ ਕੱਢੂਗਾ ਜਾਂ ਕੁਛ ਕਹੂਗਾ ਤਾਂ ਫਿਰ ਤਾਂ ਮੂਹਰਿਓਂ ਵੀ ਸੁਣੂਗੇ। ਹੁਣ ਤੁਸੀਂ ਮੇਰੇ ਨਾਲ ਬੈਠੇ ਹੋ, ਮੈਂ ਤੁਹਾਨੂੰ ਗਾਲ ਕੱਢਦਾ, ਤੁਹਾਨੂੰ ਗੁੱਸਾ ਨਹੀਂ ਆਏਗਾ? ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ, ਤੁਸੀਂ ਓਬਵੀਅਸਲੀ ਯੂਜ਼ ਕਰੂਗੇ ਲੈਂਗੁਏਜ, ਠੀਕ ਹੈ ਨਾ। ਹੁਣ ਇੰਨਾ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ, ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ। ਕਿਉਂ ਭਾਈ? ਤੁਸੀਂ ਮੁੰਡੇ ਹੋ, ਤੁਸੀਂ ਗਾਲਾਂ ਦੇ ਸਕਦੇ ਹੋ, ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ ਦਾਰੂ ਡੋਲ ਸਕਦੇ ਹੋ, ਤੇ ਕੁੜੀ ਨੇ ਜੇ ਗਾਲ ਕੱਢਦੀ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ, ਕੁੜੀ ਨੇ ਗਾਲ ਕਿਉਂ ਕੱਢੀ? ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ, ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ। ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ, ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ, ਮੇਰੇ ਕੋਲ ਆਏ ਨੇ, ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ। ਮੈਂ ਕਿਹਾ ਦੇਖੋ ਕੰਮ ਕਰਦੇ ਆ, ਠੀਕ ਆ, ਤੇ ਇਹ ਸਾਡੀ
चलो मजबूरी तो की हुंदी आपां कह दिंदे आ जिहदा काम करदे आ, मेरी चॉइस आ। कई हुण कई लोकी कह दिंदे जे इन्हां दी मजबूरी आ ते इन्हां नूं डांस ही लभिया सी करन नूं, इह होर काम कर लैंदियां क्यों भाई, मेरी मर्जी आ, मैं डांस करना आ। इहदा मतलब इह तां नहीं आ कि ऑडियंस वाले हुण मैनूं कई लोक आ पहले इन्नी सालां च मैनूं पहली बार एक कोई किसे बंदे ने इदां मतलब एहो जी सिचुएशन अज आई है ना, एहो जी इन्ने साल 12-13 साल हो गया मैनू कदी भी किसी ने इस चीज इथो तक दिमाग मेरा पागल नहीं किया कि मैं गाला कड्डा। वीडियो वायरल हो रही है, कदों दी वीडियो हैगी आ, की मामला है इस पूरे मामले दे विच ते किथे दी वीडियो हैगी आ? सर ये वीडियो हैगी अपनी समराले दी आ, समराले कोई गेल रिजोर्ट आ उथे दी ये वीडियो आ। ते मामला जेड़ा सीगा कॉमन ही मामला सीगा, रेगुलर ही कुड़ियां नू फेस करना पैंदा आ। ते इन्ना दा जेड़ा फंक्शन सीगा जिन्होंने मैनू स्पोंसर कीता आ ओ तां मैनू जानदा सी बंदा, जिन्हां दे अग्गे मैं गई हां उन्हां नू मैं बिल्कुल नहीं जानदी है ना कि कौन ने सामने वाली पार्टी जां कुछ होया कुछ नहीं जी। ओ मैनू कह रहे सीगे कि स्टेज तो नीचे आ, तकरीबन ही कुड़ियां नू स्टेज तो नीचे बुलांदे ने कि भाई तुसीं स्टेज ते नीचे आओ, जिहड़े चंगे लोक हुंदे लेडीज बुलांदियां ने सानू असीं चल जांदे आ, कोई गल नहीं जी इज्जत ना बुला रहे ने, इज्जत ना बुलांदे ने लेडीज, आपां लेडीज आ तां लेडीज दे थ्रू आपां जा सकदे आ। फिर ओ बंदे ने दारू पीती हुई आ, शराब पीती हुई आ, उस तो बावजूद कह रहे नीचे आके डांस कर, ते ओ चीज मैनू वधिया नहीं लगी। ते फिर मैनू उन्होंने कहा कि तू इत्थे जा, इवें कीता कि तू जा इत्थों। ते मैनू अपनी डिसरिस्पेक्ट जी लगी कि भाई है ना क्यों मैं क्यों जावा जे मैं नीचे नहीं आ रही, मतलब मैं स्टेज तो वापस चल जा क्यों, मैं आर्टिस्ट हाँ, मेरी भी कोई रिस्पेक्ट आ, रेपुटेशन आ, मैं क्यों जावा। ते उन्होंने मैनू फिर दूसरा मुंडा आया उन्हें पिछे लाके गिलास मारिया आ मेरे वाल नूं, उहदे विच नजर भी आ रहा है। हां जी उन्होंने गिलास मारिया वा ते कि ए चल जाएगी जा किदा है ना, अपनी वालों उन्होंने मैनू मारन की कोशिश की पर मेरे लग्या नहीं है। ठीक है फिर जी मैनू जेडे जिन्होंने हथो फड़िया होया सीगा कि पछा कर रहे सीगे आ जा, ओ भी मेरी गलती कढ रहे सी कि तू एदा एदा करके तू अड़ गई उथे जा किदा है ना। ते मैं अड़ी इस करके सीगी कि जे असी तुहाडी गल नहीं मन्नी, मैं एक आर्टिस्ट हाँ, देखो ए ना समझदे ने कि पेमेंट करती आ ते हुण कुड़ी असी खरीद ली आ। ठीक है आर्टिस्टां दे विच फर्क हुंदे ने, कुछ प्रोस्टीट्यूट हुंदियां ने, कोई आपां उन्हां नूं भी गलत नहीं कहिंदे, चलो ओह आपदी उन्हां दी मर्जी आ। ठीक है फिर एक मुजरे वालियां हुंदियां ने ओह उन्हां दी मर्जी आ, आपां एक छोटे कलाकार आ। ठीक है हुण कई लोकी आके सानूं स्टेज ते वी गल्लां कहिंदे ने कि भई तुसीं चलोगे नाइट ते, ए मैं थोड़ा लास्ट ते थानू बाद च दसूंगी ए मैटर। ते उत्थे की होया जी फिर मेरे वालों गालां कढ़ियां गईयां, मैं कुछ अपशब्द यूज कीते ने उत्थे, ऑब्वियसली जे कोई सानू बोलूगा गाल कढूगा जां कुछ कहूगा तां फिर तां मूहरों भी सुनूंगे, हुण तुसी मेरे नाल बैठे हो मैं थानू गाल कढदा थानू गुस्सा नहीं आएगा, थानू मैं गिलास चक के मारदा, तुसी ऑब्वियसली यूज करूंगी लैंग्वेज। ठीक है ना हुण इन्हां दा मैटर है कि कुड़ी ने गंदियां गालां कढ़ियां ने, कुड़ी नूं इह सूट नहीं करदियां क्यों भाई, तुसी मुंडे हो तुसी गालां दे सकदे हो, तुसी नशे शराबां पी के कुड़ियां उत्ते दारू डोल सकदे हो, ते कुड़ी ने जे गाल कढ़ती तुसी उहदा मुद्दा बना रहे हो, कुड़ी ने गाल क्यों कढ़ी। मैटर सर यही सीगा कि उस तो बाद उन्होंने मैनू अंदर लै गए ने, सारा मामला शांत हो गया वा। दुबारा तो फिर मतलब पैलेस वो जेहड़े आए ने जिन्हां ने मेरे नाल हरकतां कीतियां सी मेरे कोल आए ने, ते तुसी फिर मैनू आके कहंदे ने तुसी काम क्यों करदे हो जे तुसी इह चीजां झेल नहीं सकदे। मैं क्या देखो काम करदे आ ठीक आ, ते ए साडी चलो मजबूरी तो की हुंदी आपां कह दिंदे आ जिहदा काम करदे आ, मेरी चॉइस आ। कई हुण कई लोकी कह दिंदे जे इन्हां दी मजबूरी आ ते इन्हां नूं डांस ही लभिया सी करन नूं, इह होर काम कर लैंदियां क्यों भाई, मेरी मर्जी आ, मैं डांस करना आ। इहदा मतलब इह तां नहीं आ कि ऑडियंस वाले हुण मैनूं कई लोक आ पहले इन्नी सालां च मैनूं पहली बार एक कोई किसे बंदे ने इदां मतलब एहो जी सिचुएशन अज आई है ना, एहो जी इन्ने साल 12-13 साल हो गया मैनू कदी भी किसी ने इस चीज इथो तक दिमाग मेरा पागल नहीं किया कि मैं गाला कड्डा। वीडियो वायरल हो रही है, कदों दी वीडियो हैगी आ, की मामला है इस पूरे मामले दे विच ते किथे दी वीडियो हैगी आ? सर ये वीडियो हैगी अपनी समराले दी आ, समराले कोई गेल रिजोर्ट आ उथे दी ये वीडियो आ। ते मामला जेड़ा सीगा कॉमन ही मामला सीगा, रेगुलर ही कुड़ियां नू फेस करना पैंदा आ। ते
ਇਹਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪਾਂਸਰ ਕੀਤਾ ਆ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈ ਹਾਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈ ਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਛ ਹੋਇਆ ਕੁਛ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ ਨੀਚੇ ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ ਨੀਚੇ ਬੁਲਾਉਂਦੇ ਨੇ ਕਿ ਬਈ ਤੁਸੀਂ ਸਟੇਜ ਤੇ ਨੀਚੇ ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਉਂਦੀਆਂ ਨੇ ਸਾਨੂੰ ਅਸੀਂ ਚੱਲ ਜਾਂਦੇ ਹਾਂ ਕੋਈ ਗੱਲ ਨੀ ਜੀ ਇੱਜ਼ਤ ਨਾ ਬੁਲਾ ਰਹੇ ਨੇ ਇੱਜ਼ਤ ਨਾ ਬੁਲਾਉਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਹਾਂ ਫਿਰ ਉਹ ਬੰਦਿਆਂ ਨੇ ਦਾਰੂ ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਵਜੂਦ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਤੂੰ ਇੱਥੋਂ ਜਾ ਇਵੇਂ ਕੀਤਾ ਕਿ ਤੂੰ ਜਾ ਇੱਥੋਂ ਤੇ ਮੈਨੂੰ ਆਪਣੀ ਡਿਸਰਿਸਪੈਕਟ ਜੀ ਲੱਗੀ ਕਿ ਬਈ ਹੈ ਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਹਾਂ ਮੇਰੀ ਵੀ ਕੋਈ ਰਿਸਪੈਕਟ ਆ ਰੈਪੂਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਹਨੇ ਪਿੱਛੇ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਉਹਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਏਗੀ ਜਾਂ ਕਿੱਦਾਂ ਹਨਾ ਆਪਣੀ ਵੱਲੋਂ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਆ ਠੀਕ ਹੈ ਫਿਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਿਛਾਂ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਏਦਾਂ ਏਦਾਂ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿੱਦਾਂ ਹਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਛ ਪ੍ਰੋਸਟੀਟਿਊਟ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਆਪਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਇਹ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੂਗੇ ਨਾਈਟ ਤੇ ਇਹ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਛ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ